ਅੱਜ ਸਾਹਿਬਜ਼ਾਦਿਆਂ ਨੂੰ ਯਾਦ ਵੀ ਕੀਤਾ ਜਾਂਦਾ ਤੇ ਜਲੇਬੀਆਂ ਲੱਡੂਆਂ ਗਜਰੇਲਿਆਂ ਨਾਲ ਜਗ੍ਹਾ ਜਗ੍ਹਾ ਲੰਗਰ ਲੱਗਣਗੇ, ਧੱਕੇ ਨਾਲ ਖਵਾਉਣਗੇ। ਗਜਰੇਲੇ ਖਾ ਲਓ ਜੀ, ਜਲੇਬੀਆਂ ਖਾ ਲਓ ਜੀ, ਪਕੌੜੇ ਖਾ ਲਓ ਜੀ। ਪਕੌੜੇ ਯਾਦ ਰਹਿ ਗਏ, ਜਲੇਬੀਆਂ ਯਾਦ ਰਹਿ ਗਈਆਂ। ਸਿੱਖ ਕੌਮ ਇੰਨੀ ਬਹਾਦਰੀ ਦੀ ਗੱਲ ਕਰਨ ਵਾਲੀ, ਅੱਖ ਚੱਕ ਪਾ ਕੇ ਮਜੀਦੇ ਦੀ ਗੱਲ ਕਰਨ ਵਾਲੇ ਅੱਜ ਲੋਕ ਜਲੇਬੀਆਂ ਤੇ ਪਕੌੜਿਆਂ ਦੀ ਗੱਲ ਕਰਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਜਾ ਕੇ ਮੁੜ ਆਉਂਦੇ। ਸਭਾ ਤੇ ਆ ਕੁਝ ਹੁੰਦਾ ਹੈ, ਅੱਜ ਹਾਲਤ ਇਹ ਹੈ ਸਾਡੀ। ਖਾਣਾ ਰਹਿ ਗਿਆ ਸਿਰਫ ਉਹ ਇਰਾਦੇ, ਉਹ ਸੋਚ, ਉਹ ਦ੍ਰਿੜਤਾ ਜਿਹੜੀ ਸੀ ਉਹਦੀ ਗੱਲ ਭੁੱਲ ਗਈ। ਐਡੀ ਹਿੰਮਤ ਕਰਕੇ ਮਾਤਾ ਨੂੰ ਕਹਿਣਾ ਵੀ ਮਾਤਾ ਉਡੀਕੀ ਨਾ, ਅੱਜ ਦੇ ਗਿਆ ਨੇ ਮੁੜ ਕੇ ਨਹੀਂ ਆਉਣਾ, ਉਹ ਗੱਲਾਂ ਹੀ ਭੁੱਲ ਗਈਆਂ ਸਾਨੂੰ। ਖਾਣਾ ਰਹਿ ਗਿਆ ਬਸ ਚੇਤਾ,